ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇੱਕ ਹੋਰ ਘੋੜੀ ਦੀ ਵੀਡੀਓ ਲੈ ਕੇ ਤੁਹਾਡੇ ਨਾਲ ਪਹੁੰਚੇ ਹਾਂ। ਵੀਡੀਓ ਦਾ ਆਪਾਂ ਬਾਅਦ 'ਚੋਂ ਸ਼ੇਅਰ ਕਰਾਂਗੇ ਦੋਸਤੋ। ਜੇ ਤੁਸੀਂ ਫੇਸਬੁੱਕ 'ਤੇ ਵੀਡੀਓ ਦੇਖੀ ਜਾਂਦੇ ਹੋ ਤਾਂ ਫੇਸਬੁੱਕ ਪੇਜ ਆਪਣਾ ਫੋਲੋ ਕਰ ਲਓ, ਅਤੇ ਜਿਹੜੇ ਬੰਦੇ ਯੂਟਿਊਬ 'ਤੇ ਵੀਡੀਓ ਦੇਖੀ ਜਾਂਦੇ ਉਹ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਫੋਲੋ ਕਰਦੇ ਹੋ ਜਦੋਂ ਸਾਨੂੰ ਬਹੁਤ ਖੁਸ਼ੀ ਹੁੰਦੀ ਆ। ਅਤੇ ਜੇਕਰ ਤੁਸੀਂ ਵੀ ਆਪਣੇ ਸੇਲ ਵਾਲੇ ਜਾਨਵਰ ਦੀ ਵੀਡੀਓ ਪਾਉਣੀ ਆ ਤਾਂ ਮੇਰੇ ਨਾਲ 97,000 ਵਾਲੇ ਨੰਬਰ 'ਤੇ ਸੰਪਰਕ ਕਰਕੇ ਆਪਣੇ ਜਾਨਵਰ ਦੀ ਵੀਡੀਓ ਪਵਾ ਸਕਦੇ ਹੋ, ਅਤੇ ਜਾਨਵਰ ਆਪਣਾ 10 ਤੋਂ 15,000 ਵੱਧ ਰੇਟ ਦੇ ਵਿੱਚ ਵੇਚ ਸਕਦੇ ਹੋ। ਇਹ ਮਾਰਵਾੜੀ ਘੋੜੀ ਆ ਜੀ, ਮੱਥੇ ਫੁੱਲ ਅਤੇ ਇੱਕ ਪੈਰ ਮੰਗਰਲਾ ਚਿੱਟਾ ਇਹਦੀ ਮਾਰਕਿੰਗ ਹੈਗੀ। ਅਤੇ ਇਹ ਜਿਹੜੀ ਘੋੜੀ ਆ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਖਮਾਣੋ ਉੱਥੇ ਇਹ ਖੜ੍ਹੀ ਆ ਬਾਈ ਗਗਨ ਦੇ ਕੋਲੇ। ਬਾਈ ਗਗਨ ਨੂੰ ਤਕਰੀਬਨ ਤੁਸੀਂ ਸਾਰੇ ਜਾਣਦੇ ਹੋਵੋਗੇ, ਬਾਈ ਦਾ ਬਹੁਤ ਉੱਚਾ ਟੌਪ ਦਾ ਸਿਖਰਾਂ 'ਤੇ ਕੰਮ ਆ ਡੌਗਸ ਦਾ, ਅਤੇ ਬਾਈ ਸਿੰਗਰ ਵਗੈਰਾ ਨੂੰ ਹੋਰ ਵੀ ਕਾਫੀ ਬੰਦੇ ਨੂੰ ਡੌਗ ਜਿਹੜੇ ਉਹ ਦਿੰਦਾ ਰਹਿੰਦਾ ਗਾ, ਬਾਕੀ ਬੰਦਾ ਫੇਮਸ ਆਪਣਾ। ਅਤੇ ਉਹਦੇ ਕੋਲ ਇਹ ਘੋੜੀ ਹੈਗੀ ਸੇਲ ਵਾਸਤੇ, ਅਤੇ ਇਹ ਘੋੜੀ ਜਿਹੜੀ ਇਹ 6.5 ਸਾਲ ਇਹਦੀ ਉਮਰ ਆ। ਬਾਈ ਕਹਿੰਦਾ ਵੀ ਚੰਗੇ ਘੋੜੇ ਦੀ ਆ, ਆਲੀਸ਼ਾਨ ਬਲੱਡ ਲਾਈਨ ਦੀ ਆ, ਕਾਟ ਪਲੱਸ ਇਹਦੀ ਹਾਈਟ ਆ, ਜਿਹੜੀ ਅਸਲ ਹਾਈਟ ਆ ਕਹਿੰਦਾ ਕੋਈ ਆ ਕੇ ਚੈੱਕ ਕਰ ਸਕਦਾ, ਕਾਟ ਤੋਂ ਵਧੂਗੀ, ਕਾਟ ਤੋਂ ਘੱਟਦੀ ਨਹੀਂ ਕਹਿੰਦਾ। ਬਾਕੀ ਇਸ ਟਾਈਮ ਮੌਕੇ ਦੀ ਖਾਲੀ ਹੈ ਕਹਿੰਦਾ, ਜੇ ਕਿਸੇ ਬੰਦੇ ਨੇ ਖਰੀਦਣੀ ਆ ਰੇਟ ਭਾਅ ਬਣਿਆ ਤਾਂ ਮੌਕੇ 'ਤੇ ਚੈੱਕ ਕਰਵਾ ਕੇ ਖਰੀਦ ਸਕਦਾ ਗਾ। ਅਤੇ ਘੋੜੀ ਇਸ ਟਾਈਮ 1 ਨੰਬਰ ਓਕੇ ਆ, ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ। ਜੇ ਆਪਾਂ ਦੇਖੀਏ ਤਾਂ ਘੋੜੀ ਦੇ ਵਿੱਚ ਸਾਰੇ ਮਾਰਵਾੜੀ ਸਟਰਕਚਰ ਹੈਗੇ ਆ, ਅਤੇ 6.5 ਸਾਲ ਉਮਰ ਹੈ, 61 ਇੰਚ ਫੱਟੀ ਵਾਲੀ ਹਾਈਟ ਹੈ, ਮੱਥੇ ਤਿਲਕ ਤੋੜ ਆ ਗਿਆ, ਇੱਕ ਪੈਰ ਚਿੱਟਾ, ਇਹਦੀ ਮਾਰਕਿੰਗ ਹੈ, ਫਤਿਹਗੜ੍ਹ ਸਾਹਿਬ ਏਰੀਏ ਦੇ ਵਿੱਚ ਹੈ, ਖਮਾਣੋ ਬਾਈ ਦਾ ਪਿੰਡ ਹੈ। ਅਤੇ ਪ੍ਰਾਈਜ਼ ਬਾਈ ਇਹਦਾ 6.5 ਲੱਖ ਰੁਪਈਆ ਕਰਦਾ, 6,50,000 ਰੁਪਈਆ ਬਾਈ ਇਹਦਾ ਪ੍ਰਾਈਜ਼ ਕਰਦਾ। ਸੋ ਦੋਸਤੋ, ਘੋੜੀ ਚੰਗੀ ਆ ਬੱਚਿਆਂ ਨੂੰ ਪੈਦਾ ਕਰਨ ਵਾਸਤੇ, ਅਤੇ ਬਰੀਡਿੰਗ ਪੱਖੋਂ ਘੋੜੀ ਮੇਰੇ ਹਿਸਾਬ 'ਚ ਤਾਂ ਓਕੇ ਆ। ਜੇ ਕਿਸੇ ਬੰਦੇ ਨੂੰ ਚਾਹੀਦੀ ਆ ਤਾਂ ਬਾਈ ਨਾਲ ਤੁਸੀਂ ਬੇਚਿੰਤ ਹੋ ਕੇ ਫੋਨ ਲਾ ਕੇ ਸੰਪਰਕ ਕਰ ਸਕਦੇ ਹੋ, ਬਹੁਤ ਘੈਂਟ ਨੇਚਰ ਦਾ ਬੰਦਾ। ਜੇਕਰ ਤੁਹਾਨੂੰ ਹੋਰ ਵੀ ਕੋਈ ਫੋਟੋਆਂ ਵੀਡੀਓ ਚਾਹੀਦੀਆਂ ਤਾਂ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ, ਆਪਾਂ ਨੰਬਰ ਸਕਰੀਨ 'ਤੇ ਸ਼ੋ ਕਰਤਾ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ। ਸੇਲ ਵਾਲੀ ਵੀਡੀਓ ਪਾਉਣ ਲਈ 97,000 ਵਾਲੇ ਨੰਬਰ 'ਤੇ ਸੰਪਰਕ ਕਰ ਲਿਓ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ।